ਮੈਂ ਆਪਣੇ ਲੀਡਰਾਂ ਦਾ, ਆਪਣੇ ਮੈਂਟਰਸ ਦਾ, ਸ਼੍ਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜੀ, ਸੰਦੀਪ ਪਾਠਕ ਜੀ, ਰਾਘਵ ਚੱਡਾ ਜੀ, ਮੈਂ ਉਹਨਾਂ ਸਾਰਿਆਂ ਦਾ, ਸਮੁੱਚੀ ਲੀਡਰਸ਼ਿਪ ਦਾ ਔਰ ਸਾਰੇ ਵਲੰਟੀਅਰਸ ਦਾ, ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਜੋਸ਼ ਦੇਖ ਰਹੇ ਹੋ, ਇਹਨਾਂ ਦਾ ਜੋਸ਼ ਦੇਖ ਰਹੇ ਹੋ ਤੁਸੀਂ। ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੀ ਪਾਰਟੀ ਨੇ, ਬਹੁਤ ਭਰੋਸਾ ਕੀਤਾ, ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਜੀ, ਆਪਣੇ ਜਿਹੜੇ ਮੇਰੇ ਰਾਜਨੀਤਿਕ ਗੁਰੂ ਔਰ ਮੈਂਟਰ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਔਰ ਜਿਹੜੇ ਆਪਣੇ ਸੰਦੀਪ ਪਾਠਕ ਜੀ ਔਰ ਰਾਘਵ ਚੱਡਾ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਸਾਰੇ ਵਲੰਟੀਅਰਸ ਦਾ, ਜਿੰਨੇ ਸਾਡੇ ਅਹੁਦੇਦਾਰ ਹੈ, ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਔਰ ਦਿਨ ਰਾਤ ਮਿਹਨਤ ਕੀਤੀ ਆ, ਇਹ ਇਹਨਾਂ ਸਾਰਿਆਂ ਵਾਸਤੇ ਮਾਣ ਹੈ। ਮੇਰਾ ਕੋਈ ਇਕੱਲੇ ਦਾ ਮਾਣ ਨਹੀਂ ਹੈ, ਮੈਂ ਤਾਂ ਕੁਛ ਵੀ ਨਹੀਂ ਹੈ, ਮੈਂ ਤਾਂ ਇੱਕ ਸਿਰਫ ਤੁਸੀਂ ਕਹਿ ਲਓ ਇਹਨਾਂ ਦਾ ਪ੍ਰਤੀਨਿਧੀ ਹਾਂ, ਉਹਨਾਂ ਨੂੰ ਰਿਪ੍ਰਜੈਂਟ ਕਰਦਾ। ਦੇਖੋ ਸਾਡੇ ਵਿੱਚੋਂ ਅਸੀਂ ਸਾਰੇ ਪਾਰਟੀ ਦੇ ਬੇਸਿਕਲੀ ਵਲੰਟੀਅਰ ਹਾਂ ਅਸੀਂ ਜੀ, ਅਸੀਂ ਗਰਾਸ ਰੂਟ ਤੋਂ ਲੈ ਕੇ ਮਤਲਬ ਪੰਜਾਬ ਦੇ ਵਿੱਚ ਵੀ ਜ਼ੋਨ ਦੇ ਲੈਵਲ 'ਤੇ ਹਰ ਲੈਵਲ 'ਤੇ ਮੈਂ ਕੰਮ ਕੀਤਾ ਔਰ ਸਾਰੇ ਬੰਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਇਸੇ ਗਿਣਤੀ ਦੇ ਵਿੱਚ ਆਉਂਦੇ ਆ। ਅਸੀਂ ਕੋਈ ਜਿਹੜਾ ਹੈਗਾ, ਜਿਹੜਾ ਮੰਤਰੀ ਹੋਣਾ ਨਾ ਸਾਡੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਆ, ਸਾਡੀ ਲੀਡਰਸ਼ਿਪ ਦਾ ਸਾਡੇ 'ਤੇ ਵਿਸ਼ਵਾਸ ਹੋਣਾ, ਸਾਡੇ ਵਲੰਟੀਅਰਸ ਦਾ ਸਾਡੇ 'ਤੇ ਵਿਸ਼ਵਾਸ ਹੋਣਾ, ਲੋਕਾਂ ਦਾ ਸਾਡੇ 'ਤੇ ਵਿਸ਼ਵਾਸ ਹੋਣਾ, ਉਹ ਵੱਡੀ ਗੱਲ ਹੈ। ਦੇਖੋ ਜਿਹੜਾ ਲੋਕ ਸਭਾ ਹਲਕਾ ਸਾਡਾ, ਜਹਾਂ ਸਾਰਾ ਪੰਜਾਬ ਹੈ, ਇਸ ਵੇਲੇ ਮੁੱਦੇ ਕੀ ਹੈ ਜੀ, ਤੁਹਾਡੇ ਜਿਹੜੇ ਇਸ ਵੇਲੇ ਜਿਹੜੇ ਸਾਡੇ ਕਿਸਾਨ ਹੈ, ਮਜ਼ਦੂਰ ਹੈ, ਉਹ ਬਾਰਡਰ 'ਤੇ ਬੈਠੇ ਆ, ਉਹਨਾਂ 'ਤੇ ਅੱਤਿਆਚਾਰ ਹੋ ਰਿਹਾ, ਅੱਤਿਆਚਾਰ। ਹੁਣ ਅਸੀਂ ਜਿਹੜੇ 13 ਦੀਆਂ, ਜਦੋਂ ਮਾਨ ਸਾਹਿਬ ਜੋ ਕਹਿੰਦੇ, ਜਦੋਂ 13-0 ਹੋਏਗਾ, ਜਦੋਂ 13 ਬੰਦੇ ਜਾ ਕੇ ਇਹ ਦਿੱਲੀ ਜਾਣ ਤੋਂ ਰੋਕ ਸਕਣਗੇ ਲੋਕਾਂ ਦੇ, 3 ਕਰੋੜ ਜਿਹੜੇ 3 ਕਰੋੜ ਦੇ ਚੁਣੇ ਹੋਏ ਪ੍ਰਤੀਨਿਧੀ ਹੋਣਗੇ, ਉਹਨਾਂ ਨੂੰ ਕਿੱਦਾਂ ਰੋਕਣਗੇ ਇਹ? ਅਸੀਂ ਪਾਰਲੀਮੈਂਟ ਦੇ ਅੰਦਰ ਜਾ ਕੇ ਘੇਰਾਂਗੇ ਜੀ। ਔਰ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਜੀ, ਜਿਹੜੀ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਕਰਮਚਾਰੀ ਹੈ, ਚਾਹੇ ਵਪਾਰੀ ਹੈ, ਜਿਨ੍ਹਾਂ ਕਰਕੇ ਦੇਸ਼ ਚੱਲਦਾ, ਜਿਨ੍ਹਾਂ ਵਾਸਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਦਿਲ ਧੜਕਦਾ, ਜਿਹਦੇ ਵਾਸਤੇ ਉਹ ਦਿਨ ਰਾਤ ਮਿਹਨਤ ਕਰਦੇ ਆ, ਦਿਨ ਰਾਤ ਕੰਮ ਕਰਦੇ ਆ, ਲੋਕਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਜਾ ਕੇ, ਜਿਹੜੀ ਹੈਗੀ ਹੈ ਸਰਕਾਰ, ਮਾਨ ਸਰਕਾਰ ਤੁਹਾਡੇ ਦੁਆਰ, ਲੋਕਾਂ ਦੇ ਘਰਾਂ ਤੱਕ ਸਰਕਾਰ ਲੈ ਕੇ ਗਏ ਆ, ਸਾਰੀਆਂ ਸੁਵਿਧਾਵਾਂ ਉਹਨਾਂ ਨੂੰ ਪਿੰਡਾਂ 'ਚ ਮਿਲ ਰਹੀਆਂ ਲੋਕਾਂ ਦੇ, ਚਾਹੇ ਇੰਤਕਾਲ ਹੈ, ਚਾਹੇ ਰਾਸ਼ਨ ਹੈ, ਚਾਹੇ ਸਰਵਿਸ ਡਿਲੀਵਰੀ ਹੈ, ਲੋਕਾਂ ਦੇ ਘਰ ਪਹੁੰਚ ਰਹੀ ਆ, ਨਵੇਂ ਹਸਪਤਾਲ ਬਣ ਰਹੇ ਆ। ਤੁਸੀਂ ਪਟਿਆਲੇ ਦੇ ਵਿੱਚ, ਤੁਸੀਂ ਸਾਰੇ ਪਟਿਆਲੇ ਦੇ ਹੋ, ਦੇਖੋ ਹਸਪਤਾਲਾਂ ਦੇ ਵਿੱਚ ਕਿੰਨੀ ਇੰਪਰੂਵਮੈਂਟ ਹੋਈ ਆ। ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਆ, ਸਿਹਤ, ਸਿੱਖਿਆ, ਰੁਜ਼ਗਾਰ। ਇਹ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦਾ ਮਾਡਲ ਹੈ, ਇਹਨੂੰ ਦਿੱਲੀ, ਫਿਰ ਪੰਜਾਬ ਅਤੇ ਹੁਣ ਅਸੀਂ ਪੂਰੇ ਦੇਸ਼ ਵਿੱਚ ਲੈ ਕੇ ਜਾਵਾਂਗੇ। ਦੇਖੋ ਜੀ, ਕੋਈ ਮੁਕਾਬਲਾ ਨਹੀਂ ਹੈ। ਜਿਹੜੇ ਤੁਹਾਡੇ ਕਾਂਗਰਸ ਦੇ ਕੈਂਡੀਡੇਟ ਸੀਗੇ, ਉਹ ਬੀਜੇਪੀ ਦੇ ਵਿੱਚ ਚਲੇ ਗਏ, ਉਹ ਮੁਗਲਾਂ ਵੇਲੇ ਮੁਗਲਾਂ ਨਾਲ ਸੀ, ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ, ਉਹਨਾਂ ਨੂੰ ਆਪਣੀ ਸੱਤਾ ਨਾਲ ਮਤਲਬ ਹੈ। ਚਾਰ ਵਾਰੀ ਉਹ ਮਤਲਬ ਇੱਥੋਂ MP ਰਹੇ ਆ ਜੀ। ਉਹਨਾਂ ਦੇ ਜਿਹੜੇ ਹਸਬੈਂਡ ਹੈਗੇ ਆ, ਉਹ ਇੱਥੋਂ 2 ਵਾਰੀ ਮੁੱਖ ਮੰਤਰੀ ਰਹੇ ਆ। ਕੀ ਸਵਾਰਿਆ ਜੀ ਉਹਨਾਂ ਨੇ ਪਟਿਆਲੇ ਦਾ, ਜਿਹੜਾ ਹੁਣ BJP ਜਾ ਕੇ, ਜਿਹੜਾ ਇਹੋ ਜਿਹੀ ਪਾਰਟੀ ਜਾ ਰਹੇ ਆ ਜਿਹਦਾ ਪੰਜਾਬ ਦੇ ਵਿੱਚ ਨਾਮੋ ਨਿਸ਼ਾਨ ਨਹੀਂ ਹੈ ਜੀ, ਜੋ ਪੰਜਾਬ ਦੇ ਲੋਕਾਂ ਨੇ, ਹਾਂਜੀ, ਜੋ ਇਹਨਾਂ ਦਾ ਜਵਾਬ ਦੇ ਲੈਣ ਦਿਓ ਜੀ, ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੀ ਲੀਡਰਸ਼ਿਪ 'ਤੇ ਵਿਸ਼ਵਾਸ ਕੀਤਾ, ਉਹਨਾਂ 'ਤੇ ਵਿਸ਼ਵਾਸ ਕਰਕੇ ਜੋ ਤੁਹਾਡਾ 2022 ਦੇ ਵਿੱਚ ਫਤਵਾ ਦਿੱਤਾ ਸੀਗਾ, ਉਸ ਤੋਂ ਸਟਰੋਂਗ ਫਤਵਾ, ਸਾਡੇ 9 MLA ਜਿੱਤੇ ਸੀ, ਸਾਰੀਆਂ ਸੀਟਾਂ ਅਸੀਂ ਜਿੱਤਾਂਗੇ। ਉਸ ਵੇਲੇ ਵੀ ਜਿਹੜੇ ਮੇਰੇ ਖਿਲਾਫ਼ ਜਿੰਨੇ ਕੈਂਡੀਡੇਟ ਸੀ, ਸਭ ਦੀ ਜ਼ਮਾਨਤ ਜ਼ਬਤ ਹੋਈ ਸੀ, ਇਸ ਵਾਰੀ ਵੀ ਜ਼ਮਾਨਤ ਜ਼ਬਤ ਹੋਈ। ਦੇਖੋ ਜਦੋਂ ਆਪਾਂ ਕਿਸੇ ਇਲੈਕਸ਼ਨ ਦੇ ਵਿੱਚ ਜਾਂਦੇ ਹਾਂ, ਕੁਛ ਇੱਕ ਬੰਦੇ ਜਿਹੜੇ ਉੱਧਰ ਫਸੇ ਹੋਏ ਸੀਗੇ, ਪਹਿਲਾਂ ਵੀ ਆਏ ਸੀ, ਸਾਡੇ ਵਿੱਚ ਵੀ ਆਏ ਸੀ,
ਜਿਹੜੀ ਹੁਣ ਸਾਡੀ ਇਲੈਕਸ਼ਨ ਆ, ਜਿਹੜੇ ਕੈਂਡੀਡੇਟ ਆ ਇਹਨਾਂ ਦੇ ਵਿੱਚੋਂ ਵੀ ਆਏ ਸੀ, ਗੁਰਮੀਤ ਖੁੱਡੀਆਂ ਵੀ ਜੀ ਆਏ ਸੀ, ਬਹੁਤ ਅੱਛਾ ਕੰਮ ਕਰ ਰਹੇ ਆ। ਜਿਹੜੇ ਕੋਈ ਬੰਦਿਆਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਆਮ ਲੋਕ ਹੈ, ਖੁੱਡੀਆਂ ਜੀ ਆਮ ਆਦਮੀ ਆ, ਲਾਲਜੀਤ ਭੁੱਲਰ ਹੈ ਆਮ ਆਦਮੀ ਆ, ਕੁਲਦੀਪ ਧਾਲੀਵਾਲ ਨੇ ਮੇਰੇ ਨਾਲ ਸ਼ੁਰੂ ਤੋਂ ਕੰਮ ਕੀਤਾ, ਮੀਤ ਹੇਅਰ ਨੇ ਮੇਰੇ ਨਾਲ ਸ਼ੁਰੂ ਤੋਂ ਕੰਮ ਕੀਤਾ। ਸੋ ਜਿੰਨੇ ਵੀ ਸਾਡੇ ਜਿਹੜੇ ਪੁਰਾਣੇ ਹੈਗੇ ਆ, ਜ਼ਿਆਦਾ ਬੰਦੇ ਸਾਡੇ ਜਿਹੜੇ ਓਰਿਜਿਨਲ ਪਾਰਟੀ ਦੇ ਓਰਿਜਿਨਲ ਸਿਪਾਹੀ ਆ, ਜਿਹੜੇ ਮਤਲਬ ਜਿਹੜੇ ਸ਼ੁਰੂ ਤੋਂ ਸਾਡੇ ਨਾਲ ਲੱਗੇ ਹੋਏ ਸੀ। ਦੇਖੋ ਜਿਹੜੀ ਜਦੋਂ ਆਪਾਂ ਕਿਸੇ ਨੂੰ ਟਿਕਟ ਦਿੰਦੇ ਹਾਂ, ਉਹਦੇ 'ਚ ਦੋ ਚੀਜ਼ਾਂ ਦੇਖਦੇ ਹਾਂ, ਬੰਦੇ ਦਾ ਅਕਸ ਕੀ ਹੈ ਜੀ, ਉਹਦੀ ਵਿਨੇਬਿਲਿਟੀ ਕੀ ਹੈ, ਉਹਦੀ ਪਾਰਟੀ ਦੇ ਪ੍ਰਤੀ ਵਫਾਦਾਰੀ ਦੇ ਕੀ ਹੈ। ਤੁਸੀਂ ਦੇਖੋ ਵੀ ਸਾਰੀਆਂ ਪਾਰਟੀਆਂ ਦੇ MLA ਵਿਕ ਗਏ, ਇੱਕੋ ਆਮ ਆਦਮੀ ਪਾਰਟੀ ਆ ਜਿਹਦੇ MLA ਬੰਦੇ ਵਿਕਦੇ ਨਹੀਂ, ਇੱਕੋ ਪਾਰਟੀ। ਜਿਹੜੇ ਕੈਂਡੀਡੇਟ ਟਿਕਟਾਂ ਮੰਗਦੇ ਸੀ ਪਟਿਆਲੇ ਤੋਂ, ਮਤਲਬ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਜਿਹਨਾਂ ਨੂੰ ਨਹੀਂ ਮਿਲੀ, ਉਹਨਾਂ ਨੂੰ ਵੀ ਕੁਝ ਮਤਲਬ ਮਨਾਉਂਗੇ, ਕਿਉਂਕਿ ਉਮੀਦਾਂ ਉਹਨਾਂ ਨੇ ਵੀ ਬੜੀਆਂ ਲਾਈਆਂ। ਉਹਨਾਂ ਦੇ ਸਾਰਿਆਂ ਦੀਆਂ ਮੈਨੂੰ ਵਧਾਈਆਂ ਆ ਗਈਆਂ ਜੀ, ਕੋਈ ਨਾਰਾਜ਼ ਨਹੀਂ ਹੈ, ਡੈਮੋਕ੍ਰੇਸੀ ਹੈ, ਇਹੀ ਤਾਂ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਜੀ। ਜਦੋਂ ਮੈਂ MLA ਦੀ ਟਿਕਟ ਮਿਲੀ ਆ ਉਦੋਂ ਵੀ 10 ਬੰਦੇ ਸੀ, ਹੁਣ ਵੀ 10 ਬੰਦੇ ਸੀ, ਉਹ ਸਾਰੇ ਇੱਕ ਮੇਰੇ ਨਾਲ ਹੈ ਜੀ। ਅਸੀਂ ਪਹਿਲਾਂ ਵੀ ਇਕੱਠੇ ਸੀ, ਅਸੀਂ ਪਹਿਲਾਂ ਵੀ ਮਿਲੇ ਹਾਂ ਇਕੱਠੇ ਸੀ, ਔਰ ਸਾਡੇ ਵਿੱਚ ਹੁੰਦਾ ਵੀ ਜਿਹਨੂੰ ਟਿਕਟ ਮਿਲ ਗਈ ਸਾਰੇ ਉਹਦਾ ਸਾਥ ਦਿੰਦੇ ਆ, ਔਰ ਸਾਡੇ ਬੇਸਿਕਲੀ ਸਾਡੀ ਸਟਰੈਂਥ ਸਾਡੇ ਵਲੰਟੀਅਰਸ ਹੈ, ਉਹ ਸਾਰੇ ਪਾਰਟੀ ਦੇ ਨਾਲ ਹੈ, ਸਾਰੇ ਕੈਂਡੀਡੇਟ ਵੀ ਨਾਲ ਹੈ, ਸਾਰੇ MLA ਵੀ ਨਾਲ ਹੈ ਜੀ। ਚੁਣੌਤੀ ਰਹੀ ਹੈ ਤੁਹਾਡੇ ਲਈ, ਕਿਉਂਕਿ ਆਫਰ ਕੀਤਾ ਗਿਆ ਸੀਗਾ, ਕਈ ਵਿਧਾਇਕਾਂ ਨੇ ਰਿਜੈਕਟ ਵੀ ਕੀਤਾ, ਤੁਹਾਨੂੰ ਚੁਣੌਤੀ ਹੈ ਕਿ ਇਹ ਟਿਕਟ ਲੜਨ ਦੀ, ਕਿਉਂਕਿ ਕਾਫੀ ਵਿਧਾਇਕਾਂ ਨੇ ਇਸ ਨੂੰ ਇਨਕਾਰ ਕਰਤਾ ਸੀ? ਕੋਈ ਚੁਣੌਤੀ ਨਹੀਂ ਹੈ ਜੀ, ਕੋਈ ਚੁਣੌਤੀ ਨਹੀਂ ਹੈ, ਨਾ ਕਿਸੇ ਨੇ ਇਨਕਾਰ ਕੀਤਾ। ਸਾਡੇ ਵਾਸਤੇ ਤਾਂ ਇਹ ਇੱਕ ਓਪਰਚੁਨਿਟੀ ਹੈ, ਇੱਕ ਮੌਕਾ ਹੈ, ਮਤਲਬ ਜਿਵੇਂ ਪਹਿਲਾਂ ਸਾਨੂੰ MLA ਬਣੇ, ਫਿਰ ਮੈਂ ਮੰਤਰੀ ਬਣਿਆ, ਮੰਤਰੀ ਬਣ ਕੇ ਕੰਮ ਕੀਤਾ, ਹੁਣ ਇਹ ਆ ਬੜੇ ਵੱਡੇ ਵੱਡੇ ਕੰਮ ਆ ਜੀ, ਪੰਜਾਬ ਦੇ ਪੈਸੇ ਰੋਕੇ ਹੋਏ ਆ ਉਹ ਲੈ ਕੇ ਆਉਣੇ ਆ ਜੀ, ਸਾਡੇ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਸੜਕਾਂ 'ਤੇ ਆ, ਉਹਨਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਨੀਆਂ ਸੀ। ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਲੱਗੇ ਹੋਏ ਸੀ, ਹੁਣ ਇਹ ਵਾਲਾ ਜਿਹੜਾ ਮਾਡਲ ਹੈ, ਹੁਣ ਜਿਹੜਾ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦਾ ਮਾਡਲ ਹੈ, ਇਹ ਦਿੱਲੀ ਔਰ ਪੰਜਾਬ ਦੇ ਨਾਲ ਹੁਣ ਪੂਰੇ ਦੇਸ਼ ਦੇ ਵਿੱਚ ਚੱਲੇਗਾ। 140 ਕਰੋੜ, ਤੁਸੀਂ ਦੇਖੋ ਇਹਨਾਂ ਕੋਲ ਤਾਂ ਸਲੋਗਨ ਵੀ ਆਪਣਾ ਨਹੀਂ ਹੈ ਜੀ, ਤੁਸੀਂ ਗਵਾਹ ਹੋ ਇਸ ਚੀਜ਼ ਦੇ। 2022 'ਚ ਪਹਿਲੀ ਵਾਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਗਰੰਟੀ ਸ਼ਬਦ, ਇਹਨਾਂ ਦੇ ਚੋਣ ਮਨੋਰਥ ਪੱਤਰ ਹੁੰਦੇ ਸੀ, ਮੈਨੀਫੈਸਟੋ ਹੁੰਦਾ ਸੀ, ਪਹਿਲੀ ਵਾਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਗਰੰਟੀ, ਉਹ ਸੀ ਅਸੀਂ ਸਾਡੀਆਂ 92 ਸੀਟਾਂ ਆਈਆਂ, ਉਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਸਾਰਿਆਂ ਨੇ ਗਰੰਟੀ ਗਰੰਟੀ ਰੌਲਾ ਪਾਉਣਾ ਸ਼ੁਰੂ ਕਰਤਾ ਜੀ। ਪਰਨੀਤ ਕੌਰ ਜੀ ਨੂੰ ਲੋਕਾਂ ਨੇ MP ਬਣਾਤਾ ਅਤੇ ਉਹ 1000 ਰੁਪਇਆ ਭਾਲਦੀ ਫਿਰਦੀ ਆ ਉਹ। ਤੁਸੀਂ ਦੇਖੋ ਜਿਹੜੇ ਪਰਨੀਤ ਕੌਰ ਨੇ ਗੱਲ ਕੀਤੀ ਆ ਕਿ 90% ਲੋਕਾਂ ਦੇ ਬਿਜਲੀ ਦੇ ਬਿੱਲ ਫਰੀ ਆਉਂਦੇ ਆ, ਪਰਨੀਤ ਕੌਰ ਨੇ ਗੱਲ ਕੀਤੀ ਆ ਕਿ 1.25 ਕਰੋੜ ਬੰਦੇ ਨੇ ਡਿਸਪੈਂਸਰੀਆਂ 'ਚੋਂ ਇਲਾਜ ਕਰਾਇਆ, ਪਰਨੀਤ ਕੌਰ ਨੇ ਗੱਲ ਕੀਤੀ ਆ ਕਿ ਅਸੀਂ 9 ਵਾਰੀ ਰਹੇ ਸਰਕਾਰ 'ਚ, ਰਹੇ ਮੈਂ 4 ਵਾਰੀ ਰਹੀ, ਮੇਰੇ ਘਰ ਵਾਲਾ 4 ਵਾਰੀ ਰਿਹਾ, ਔਰ 2 ਵਾਰੀ ਮੁੱਖ ਮੰਤਰੀ ਰਿਹਾ, ਅਤੇ ਜਿਹੜਾ ਸੁਪਰ ਸਪੈਸ਼ਲਿਟੀ ਬੈਂਕ ਆ ਹੁਣ ਚੱਲਣ ਲੱਗਾ, ਜੇ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਿਸ ਹੁਣ ਬਣੀ ਆ, ਜੇ ਸਾਰੇ ਪੰਜਾਬ 'ਚ ਫਰੀ ਦਵਾਈਆਂ ਮਿਲ ਰਹੀਆਂ ਤਾਂ ਭਗਵੰਤ ਮਾਨ ਨੇ ਦਿੱਤੀਆਂ, ਜੇ ਐਕਸਰੇ ਅਲਟਰਾਸਾਊਂਡ ਫਰੀ ਹੋ ਰਿਹਾ ਤਾਂ ਭਗਵੰਤ ਮਾਨ ਨੇ ਕੀਤਾ, ਇਹਨਾਂ ਨੇ ਕੀ ਕੀਤਾ, ਕਿਹੜੇ ਮੂੰਹ ਨਾਲ ਕਰਦੇ, 1000 ਰੁਪਇਆ ਨਹੀਂ ਦਿੱਤਾ, ਉਹ ਵੀ ਦੇ ਦਾਂਗੇ, ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਨਾ, ਇਹ ਵੀ ਕਰਾਂਗੇ ਪੂਰੀ। ਬਿਲਕੁਲ ਦੁਹਰਾਇਆ ਜਾਏਗਾ ਜੀ, ਔਰ ਬਹੁਤ ਵੱਡੇ ਮਾਰਜਨ ਨਾਲ ਦੁਹਰਾਇਆ ਜਾਏਗਾ। ਸਾਡੇ ਦੇਖੋ ਇਹ ਤਿੰਨੋਂ ਇਕੱਠੇ ਆ, 17 'ਚ ਵੀ ਇਕੱਠੇ ਸੀ, ਠੀਕ ਆ ਜੀ, ਇਹ 19 'ਚ ਵੀ ਇਕੱਠੇ ਸੀ, ਸਾਡੇ ਵਲੰਟੀਅਰ ਇੱਕ ਨਾਰਾ ਲਾਉਂਦੇ ਹੁੰਦੇ ਆ, ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ, ਜਦੋਂ ਦੇਖੋ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਜੀ,
ਜੇ ਗੱਲ ਆਏਗੀ ਡੈਮੋਕ੍ਰੇਸੀ ਦੀ, ਜੇ ਗੱਲ ਆਏਗੀ ਸੰਵਿਧਾਨ ਦੀ, ਤੁਸੀਂ ਦੇਖ ਰਹੇ ਹੋ ਨਾ ਇਹਨਾਂ ਨੇ ਕੀ ਕੀਤਾ। ਇੱਕ ਜਿਹੜਾ ਤੁਹਾਡਾ ਮਤਲਬ ਮੇਅਰ ਦੀ ਇਲੈਕਸ਼ਨ ਪਿੱਛੇ ਚੰਡੀਗੜ੍ਹ 'ਚ ਇਹਨਾਂ ਨੇ ਕੀ ਕੀਤਾ, ਰੰਗੇ ਹੱਥੀ ਫੜੇ ਗਏ ਨਾ, ਸੁਪਰੀਮ ਕੋਰਟ ਨੇ ਨੰਗੇ ਕਰਕੇ ਫੈਸਲਾ ਉਲਟਾ ਕਰਤਾ ਨਾ ਜੀ। ਇਹਨਾਂ ਨੇ ਕਿਹਾ ਕਿ ਜਿਹੜਾ ਤੁਹਾਡਾ SBI ਬੈਂਕ ਹੈ, ਜਿਹੜਾ ਕਿ ਦੁਨੀਆ ਦਾ ਇੱਕ ਬਿਹਤਰੀਨ ਸਭ ਤੋਂ ਵੱਡਾ ਬੈਂਕ ਹੈ, ਉਹਦੇ ਕੋਲੋਂ ਝੂਠ ਬੁਲਵਾਇਆ, ਕਹਿੰਦੇ ਸਾਨੂੰ 5 ਮਹੀਨੇ ਚਾਹੀਦੇ ਆ, ਅਤੇ ਹੁਣ 24 ਘੰਟੇ 'ਚ ਕਿਵੇਂ ਦੇਤਾ? ਝੂਠ ਬੋਲਦੇ ਫੜੇ ਗਏ ਨਾ, ਕਿਹਨੇ ਬੁਲਾਇਆ ਉਹ? ਸਰਕਾਰ ਨੇ ਬੁਲਾਇਆ ਉਹ। ਇਹ ਵਾਰ ਵਾਰ ਝੂਠ ਬੋਲਦੇ ਆ। ਜਦੋਂ ਗੱਲ ਡੈਮੋਕ੍ਰੇਸੀ ਦੀ ਹੋਏਗੀ, ਜੇ ਗੱਲ ਸੰਵਿਧਾਨ ਦੀ ਹੋਏਗੀ, ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ। ਔਰ ਦੂਜੀ ਗੱਲ ਹੈ, ਮੇਰੀ ਗੱਲ ਇਹ ਨੋਟ ਕਰ ਲਿਓ, ਅੱਜ ਮੈਂ ਤੁਹਾਨੂੰ ਕਹਿ ਰਿਹਾ ਜੀ, ਇਹ ਪਾਪ ਦਾ ਜਿਹੜਾ ਭਾਂਡਾ ਸੀਗਾ ਇਹ ਭਰ ਚੁੱਕਿਆ, ਬੇੜਾ ਭਰ ਚੁੱਕਿਆ, ਡੁੱਬਣਾ ਇਹ। ਇਹਨਾਂ ਨੇ ਜਿਹੜਾ ਇਹਨਾਂ ਦੇ ਨਾਲ ਜਾਂਦਾ ਜੀ, ਅਕਾਲੀ ਦਲ ਨੂੰ ਇਹਨਾਂ ਨੇ ਤੋੜਿਆ ਜੀ, ਕਿੰਨੇ ਟੋਟੇ ਕੀਤੇ। NCP ਨੂੰ ਇਹਨਾਂ ਨੇ ਤੋੜਿਆ ਜੀ, ਜਿਹੜੇ ਤੁਹਾਡੀ ਸ਼ਿਵ ਸੈਨਾ ਉਹਨੂੰ ਇਹਨਾਂ ਨੇ ਤੋੜਿਆ। ਜਿਹੜੀ ਪਾਰਟੀ ਇਹਨਾਂ ਦੇ ਨਾਲ ਜਾਂਦੀ ਆ, ਆਹ ਦੇਖੋ ਹਰਿਆਣੇ ਵਾਲਾ JJP, ਜਿਵੇਂ ਆਪਾਂ ਮੱਖਣ 'ਚੋਂ ਵਾਲ ਕੱਢਦੇ ਹਾਂ, ਕੱਢ ਕੇ ਬਾਹਰ ਸੁੱਟਤਾ ਉਹਨੂੰ। ਆਪਣੇ ਮੁੱਖ ਮੰਤਰੀ ਨੂੰ ਲਾਤਾ, ਕਿਉਂ ਲਾਇਆ ਜੀ? ਜੇ ਉਹਨੇ ਕੰਮ ਕੀਤਾ ਸੀ ਤਾਂ ਕਿਉਂ ਲਾਇਆ ਫਿਰ ਉਹਨੂੰ? ਇਸ ਕਰਕੇ ਲਾਇਆ ਵੀ ਚਿਹਰੇ ਬਦਲ ਕੇ ਇਲੈਕਸ਼ਨ ਲੜਦੇ ਆ। ਸਾਡੇ ਜਿਹੜੇ ਦੋਨੋਂ ਜਿਹੜੇ ਮੁੱਖ ਮੰਤਰੀ ਆ, ਸਾਡੇ ਜਿਹੜੇ ਲੀਡਰ ਹੈ, ਉਹ ਵਧੀਆ ਕੰਮ ਕਰਕੇ ਲੋਕਾਂ ਨੂੰ ਕਹਿ ਕੇ ਕਿ ਵੀ ਵਧੀਆ ਕੰਮ ਕੀਤਾ ਤਾਂ ਵੋਟ ਪਾਓ ਤਾਂ। ਉਹ ਇਹ ਜਿਹੜੇ ਸਾਰੇ ਇਸ਼ੂਜ਼ ਹੈ, ਅਸੀਂ ਪਾਰਟੀ ਦੇ ਵਿੱਚ ਬੈਠ ਕੇ ਔਰ ਆਪਣੇ ਜਿਹੜੇ ਸਾਡੇ ਇੰਡੀਆ ਗਠਜੋੜ ਹੈ, ਇਹਦੇ ਬਾਰੇ ਸਾਰਾ ਕੁਝ ਤੁਹਾਡੇ ਸਾਹਮਣੇ। ਜੇ ਤੁਹਾਨੂੰ ਮੈਂਡੇਟ ਮਿਲਦਾ ਹੈ ਤਾਂ ਤੁਸੀਂ ਜਿਹੜੀ ਅਫੀਮ ਦੀ ਖੇਤੀ ਬਾਰੇ ਆਪਣੇ ਲੋਕ ਸਭਾ 'ਚ ਉਠਾਓਗੇ ਆਵਾਜ਼? ਦੇਖੋ, ਤੁਸੀਂ ਨਾ ਇਸ ਵੇਲੇ ਇਹ ਸਮਾਂ ਨਹੀਂ ਹੈ, ਇਹਦੇ ਵਾਸਤੇ ਐਲੈਬੋਰੇਟ ਹੈ। ਤੁਹਾਨੂੰ ਜਿਹੜੇ ਮਤਲਬ ਪੱਤਰਕਾਰ ਹੈ, ਤੁਸੀਂ ਖੋਜ ਕਰੋ ਵੀ ਜਿਹੜੀਆਂ ਓਪੀਅਮ ਵਾਰਸ ਹੋਈਆਂ ਚਾਈਨਾ ਦਾ ਕਿਉਂ ਹੋਈਆਂ, ਉਹਦਾ ਹਰਸ਼ਰ ਕੀ ਹੋਇਆ। ਜੇ ਕੈਨੇਡਾ ਦੇ ਵਿੱਚ ਰੀਸੈਂਟਲੀ ਉਹਨਾਂ ਨੇ ਮੈਰੀਜੋਨਾ ਲੀਗਲਾਈਜ਼ ਕੀਤਾ, ਉਸ ਤੋਂ ਬਾਅਦ ਉੱਥੇ ਦੇ ਬੱਚਿਆਂ 'ਤੇ, ਉੱਥੇ ਦੇ ਸਮਾਜ 'ਤੇ ਕੀ ਅਸਰ ਹੈ, ਇਹਦਾ ਕਿਸੇ ਵੇਲੇ ਬੈਠ ਕੇ ਫਿਰ ਗੱਲ ਕਰਾਂਗੇ।